ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਡੇ ਲਈ ਇੱਕ ਅਜਿਹੀ ਰੈਸਪੀ ਲੈ ਕੇ ਆਈ ਹਾਂ, ਜਦੋਂ ਤੁਹਾਡਾ ਕੜੀ ਚੌਲ ਖਾਣ ਨੂੰ ਮਨ ਕਰਦਾ ਹੋਵੇ, ਤੁਹਾਡੇ ਕੋਲ ਟਾਈਮ ਨਾ ਹੋਵੇ, ਤਾਂ ਤੁਸੀਂ ਇਹ ਜਿਹੜੀ ਰੈਸਪੀ ਹੈਗੀ ਹੈ ਬਹੁਤ ਜਲਦੀ ਬਣਾ ਕੇ ਤਿਆਰ ਕਰ ਸਕਦੇ ਹੋ। ਸਿਰਫ ਇਹ ਦੋ ਚੀਜ਼ਾਂ ਇਹਦੇ ਲਈ ਚਾਹੀਦੀਆਂ ਨੇ, ਅਤੇ ਇਹਨੂੰ ਆਓ ਅਸੀਂ ਬਣਾਉਣਾ ਸ਼ੁਰੂ ਕਰੀਏ। ਇਹ ਜਿਹੜੀ ਰੈਸਪੀ ਹੈ ਇਹ ਕੜੀ ਚੌਲ ਨਾਲੋਂ ਵੀ ਵੱਧ ਕੇ ਸਵਾਦ ਹੁੰਦੀ ਹੈ, ਅਤੇ ਇਹਨੂੰ ਬਣਾਉਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈਗਾ ਦਹੀਂ। ਦਹੀਂ ਆਪਾਂ ਲੈ ਲਵਾਂਗੇ ਇੱਥੇ 1 ਕਿਲੋ ਦੇ ਕਰੀਬ। ਪਹਿਲਾਂ ਅਸੀਂ ਦਹੀਂ ਨੂੰ ਪਾ ਲਵਾਂਗੇ ਕੁੱਕਰ ਦੇ ਵਿੱਚ। ਜਿੰਨਾ ਅਸੀਂ ਦਹੀਂ ਲਿਆ ਨਾ, ਅਤੇ ਅਸੀਂ ਆਹ ਦੋ ਜਿਹੜੇ ਬਾਊਲ ਹੈਗੇ ਆ ਅਸੀਂ ਪਾਣੀ ਦੇ ਇਹਦੇ ਵਿੱਚ ਪਾ ਦੇਵਾਂਗੇ ਕੁੱਕਰ ਦੇ ਵਿੱਚ। ਇਹਨੂੰ ਇਹਦੇ ਵਿੱਚ ਹੀ ਪਾਣੀ ਪਾ ਕੇ ਇਹਨੂੰ ਧੋ ਕੇ ਕੁੱਕਰ ਦੇ ਵਿੱਚ ਪਾ ਦੇਵਾਂਗੇ। ਪਹਿਲਾਂ ਇੱਕ ਪਾ ਦਿੱਤਾ ਹੈ, ਅਤੇ ਇੱਕ ਅਸੀਂ ਬਾਅਦ ਵਿੱਚ ਪਾ ਦੇਵਾਂਗੇ। ਪਾਣੀ ਪਾਉਣ ਤੋਂ ਬਾਅਦ ਅਸੀਂ ਜਿਹੜਾ ਦਹੀਂ ਹੈਗਾ ਇਹਨੂੰ ਅਸੀਂ ਚੰਗੀ ਤਰ੍ਹਾਂ ਫੈਂਟ ਕੇ ਤਿਆਰ ਕਰਾਂਗੇ। ਇੱਦਾਂ ਅਸੀਂ ਬਲੈਂਡਰ ਲੈ ਲਵਾਂਗੇ, ਬਲੈਂਡਰ ਦੇ ਨਾਲ ਚੰਗੀ ਤਰ੍ਹਾਂ ਅਸੀਂ ਇਹਨੂੰ ਬਲੈਂਡ ਕਰ ਲਵਾਂਗੇ। ਜੇ ਤੁਹਾਡੇ ਕੋਲ ਬਲੈਂਡਰ ਨਹੀਂ ਹੈ, ਤੁਸੀਂ ਮਧਾਣੀ ਦੇ ਨਾਲ ਵੀ ਦਹੀਂ ਨੂੰ ਚੰਗੀ ਤਰ੍ਹਾਂ ਇਕਸਾਰ ਜਿਹਾ ਕਰ ਲਵੋ। ਦਹੀਂ ਨੂੰ ਫੈਂਟਣ ਤੋਂ ਬਾਅਦ ਅਸੀਂ ਇਹਨੂੰ ਗੈਸ ਉੱਤੇ ਚੜ੍ਹਾ ਦੇਵਾਂਗੇ, ਗੈਸ ਨੂੰ ਕਰ ਦੇਵਾਂਗੇ ਔਨ। ਅਤੇ ਅਸੀਂ ਪਹਿਲਾਂ ਤੋਂ ਹੀ 1 ਗਲਾਸ ਚੌਲਾਂ ਦਾ ਜਿਹੜਾ ਭਿੱਜਣੇ ਪਾ ਕੇ ਰੱਖਿਆ ਹੋਇਆ ਸੀਗਾ, ਚੌਲ ਅਸੀਂ 10-15 ਮਿੰਟ ਪਹਿਲਾਂ ਭਿੱਜਣੇ ਪਾਏ ਸੀ, ਚੰਗੀ ਤਰ੍ਹਾਂ ਵੋਸ਼ ਕਰ ਲਏ ਸੀ, ਧੋ ਲਏ ਸੀ। ਅਤੇ ਚੌਲਾਂ ਨੂੰ ਅਸੀਂ ਇਸ ਦਹੀਂ ਦੇ ਵਿੱਚ ਪਾ ਦੇਵਾਂਗੇ, ਗੈਸ ਨੂੰ ਔਨ ਕਰ ਦਿੱਤਾ ਹੈ। ਲਗਾਤਾਰ ਕੜਛੀ ਚਲਾਉਂਦੇ ਰੱਖਾਂਗੇ। ਜਿਸ ਤਰ੍ਹਾਂ ਆਪਾਂ ਕੜੀ ਬਣਾਉਣ ਲੱਗਿਆ ਕੜਛੀ ਨੂੰ ਲਗਾਤਾਰ ਚਲਾਉਂਦੇ ਹਾਂ ਕਿ ਕੜੀ ਫਟ ਨਾ ਜਾਵੇ, ਇਸੇ ਤਰ੍ਹਾਂ ਸਾਨੂੰ ਥੋੜ੍ਹੀ ਦੇਰ ਜਿਹੜੀ ਕੜਛੀ ਹੈ ਲਗਾਤਾਰ ਚਲਾਉਂਦੇ ਰੱਖਣੀ ਪੈਣੀ ਹੈ। ਅਤੇ ਇਹਦੇ ਵਿੱਚ ਅਸੀਂ 1 ਚਮਚ ਹਲਦੀ ਪਾਊਡਰ ਦਾ ਪਾ ਦੇਵਾਂਗੇ। ਹਲਦੀ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਕੜੀ ਪੱਤਾ। ਇੱਥੇ ਆਪਾਂ ਥੋੜ੍ਹਾ ਜਿਹਾ ਕੜੀ ਪੱਤਾ ਲਿਆ ਹੈ, ਉਹਨੂੰ ਅਸੀਂ ਬਰੀਕ ਬਰੀਕ ਕੱਟ ਕੇ ਪਾ ਦੇਵਾਂਗੇ। ਕੜੀ ਪੱਤਾ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦੇਵਾਂਗੇ 1 ਚਮਚ ਭਰ ਕੇ ਨਮਕ ਦਾ। ਜਿਹੜੀ ਇਹ ਵਾਲੀ ਰੈਸਪੀ ਹੈਗੀ ਹੈ ਸਿਰਫ 2 ਚੀਜ਼ਾਂ ਤੋਂ ਬਣ ਕੇ ਤਿਆਰ ਹੁੰਦੀ ਹੈ। 1 ਇਹਦੇ ਲਈ ਮੇਨ ਚੀਜ਼ ਚਾਹੀਦੀ ਹੈ ਦਹੀਂ, 2 ਚੌਲ। ਇਹ ਬਹੁਤ ਹੀ ਜ਼ਿਆਦਾ ਜਿਹੜੀ ਸਵਾਦ ਬਣ ਕੇ ਦੇਖਿਓ ਤਿਆਰ ਹੋਣੀ ਹੈ, ਜਿੱਦਾਂ ਤੁਸੀਂ ਮੇਰੇ ਤਰੀਕੇ ਨਾਲ ਬਣਾਓਗੇ ਫਿਰ। ਅਤੇ ਲਗਾਤਾਰ ਆਪਾਂ ਕੜਛੀ ਨੂੰ ਚਲਾਉਂਦੇ ਰੱਖਾਂਗੇ ਜਿੰਨੀ ਦੇਰ ਤੱਕ ਸਾਡੇ ਚੌਲ ਜਿਹੜੇ ਹੈਗੇ ਆ ਰੇਜੇ ਨਹੀਂ ਪੈਂਦੇ। ਜਦੋਂ ਇਹ ਰੇਜੇ ਪੈ ਜਾਵੇ ਫਿਰ ਗੈਸ ਨੂੰ ਮੱਠਾ ਜਿਹਾ ਕਰਕੇ ਇਹਨੂੰ ਆਪਾਂ ਪੱਕਣ ਦੇਵਾਂਗੇ। ਇਹਦੇ ਉੱਪਰ ਅਸੀਂ ਕੋਈ ਢੱਕਣ ਵਗੈਰਾ ਨਹੀਂ ਦੇਣਾ ਹੈ, ਬਿਨਾਂ ਢੱਕਣ ਦੇ ਹੀ ਇਹਨੂੰ ਪਕਾਵਾਂਗੇ। ਇੱਧਰ ਜਿਹੜੇ ਸਾਡੇ ਚੌਲ ਆ ਦੇਖੋ ਪੱਕ ਚੁੱਕੇ ਨੇ, ਜਿੱਦਾਂ ਅਸੀਂ ਖੀਰ ਬਣਾਉਂਦੇ ਨਾ ਦੁੱਧ ਦੇ ਵਿੱਚ ਖੀਰ ਚੌਲਾਂ ਨੂੰ ਕਾੜਦੇ ਹਾਂ, ਇਸੇ ਤਰ੍ਹਾਂ ਆਪਾਂ ਲੱਸੀ ਦੇ ਵਿੱਚ ਚੌਲਾਂ ਨੂੰ ਕਾੜਨਾ ਹੈ। ਚੌਲ ਸਾਡੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ, ਹੁਣ ਅਸੀਂ ਕਰਾਂਗੇ ਤੜਕੇ ਦੀ ਤਿਆਰੀ। ਉੱਧਰ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ, ਇੱਧਰਲੀ ਸਾਈਡ ਗੈਸ ਨੂੰ ਔਨ ਕਰ ਦੇਵਾਂਗੇ। ਕੜਛੀ ਭਰ ਕੇ ਸਰੋਂ ਦੇ ਤੇਲ ਦੀ ਪਾ ਦੇਵਾਂਗੇ, ਤੇਲ ਨੂੰ ਗਰਮ ਹੋਣ ਲਈ ਰੱਖਾਂਗੇ। ਇਹਦੇ ਵਿੱਚ ਅਸੀਂ ਪਾਵਾਂਗੇ ਸਾਬਤੇ ਮੇਥੇ, ਸਾਬਤਾ ਸੁੱਕਾ ਧਨੀਆ ਅਤੇ ਸਾਬਤਾ ਜੀਰਾ, ਤਿੰਨਾਂ ਦਾ ਅਸੀਂ 1-1 ਚਮਚ ਪਾ ਦੇਵਾਂਗੇ। ਤੇਲ ਗਰਮ ਹੋ ਚੁੱਕਾ ਹੈ, ਸਭ ਤੋਂ ਪਹਿਲਾਂ ਅਸੀਂ ਮੇਥੇ ਪਾ ਦੇਵਾਂਗੇ, ਸੁੱਕਾ ਧਨੀਆ ਅਤੇ ਸਾਬਤਾ ਜੀਰਾ, ਇਹਨੂੰ ਆਪਾਂ ਭੁੰਨ ਲਵਾਂਗੇ। ਜਿਸ ਤਰ੍ਹਾਂ ਆਪਾਂ ਕੜੀ ਨੂੰ ਤੜਕਾ ਲਗਾਉਂਦੇ ਹਾਂ ਸੇਮ ਆਪਾਂ ਹੁਣ ਇੱਥੇ ਇੱਦਾਂ ਤੜਕਾ ਲਗਾਉਣਾ ਹੈ। ਲਸਣ ਪਾ ਦਾਂਗੇ, ਲਸਣ ਨੂੰ ਆਪਾਂ ਭੁੰਨ ਲਵਾਂਗੇ। ਲਸਣ ਜਦ ਭੁੱਜਿਆ ਜਾਏਗਾ ਫਿਰ ਅਸੀਂ ਪਿਆਜ਼ ਪਾਵਾਂਗੇ ਲੰਬੇ ਲੰਬੇ ਕੱਟੇ ਹੋਏ। ਇੱਥੇ ਅਸੀਂ 1 ਪਿਆਜ਼ ਲਵਾਂਗੇ ਵੱਡੇ ਸਾਈਜ਼ ਦਾ, ਉਹਨੂੰ ਅਸੀਂ ਪਤਲਾ ਪਤਲਾ ਕੱਟ ਲਿਆ ਹੈ। ਅਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ। ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ, ਪਿਆਜ਼ਾਂ ਦੇ ਨਾਲ ਹੀ ਪਾ ਦੇਵਾਂਗੇ, ਅਤੇ ਪਿਆਜ਼ਾਂ ਨੂੰ ਅਸੀਂ ਪੱਕਣ ਲਈ ਰੱਖ ਦੇਵਾਂਗੇ। ਜੇ ਤੁਸੀਂ ਇਹਦੇ ਵਿੱਚ ਅਦਰਕ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਪਾ ਸਕਦੇ ਹੋ, ਮੈਂ ਸਿਰਫ ਲਸਣ ਪਾਇਆ ਹੈ। ਅਤੇ ਜਦੋਂ ਪਿਆਜ਼ ਭੁੱਜੇ ਜਾਣਗੇ ਫਿਰ ਅਸੀਂ ਇਹਦੇ ਵਿੱਚ 1/2 ਚਮਚ ਪਾਵਾਂਗੇ ਲਾਲ ਮਿਰਚ ਜਿਹੜੀ ਕੌੜੀ ਵਾਲੀ, 1 ਚਮਚ ਕਸ਼ਮੀਰੀ ਲਾਲ ਮਿਰਚ ਦਾ, ਗਰਮ ਮਸਾਲਾ ਪਾ ਦੇਵਾਂਗੇ 1 ਚਮਚ, ਅਤੇ ਥੋੜ੍ਹੀ ਜਿਹੀ ਆਪਾਂ ਹਲਦੀ ਪਾਣੀ ਸਿਰਫ ਤੜਕੇ ਲਈ ਪਾਣੀ ਹੈ, ਕਿਉਂਕਿ ਉੱਧਰ ਸਾਡੀ ਹਲਦੀ ਪੂਰੀ ਹੈ। ਇੱਧਰ ਆਪਾਂ ਥੋੜ੍ਹੀ ਜਿਹੀ ਪਾਵਾਂਗੇ ਜਿਹੜਾ ਤੜਕੇ ਦਾ ਜਿਹੜਾ ਕਲਰ ਆ ਥੋੜ੍ਹਾ ਸੋਹਣਾ ਆ ਜਾਵੇ। ਤੜਕਾ ਜਦੋਂ ਭੁੱਜ ਹੋ ਜਾਏਗਾ ਫਿਰ ਅਸੀਂ ਆਪਣਾ ਤੜਕਾ ਹੈਗਾ ਕੁੱਕਰ ਦੇ ਵਿੱਚ ਸ਼ਿਫਟ ਕਰ ਦੇਵਾਂਗੇ ਅਤੇ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਇੱਧਰ ਲੋ ਜੀ, ਜਿਹੜੀ ਸਾਡੀ ਮੀਰੀ ਹੈਗੀ ਆ ਬਣ ਕੇ ਤਿਆਰ ਹੋ ਚੁੱਕੀ ਹੈ। ਇਹ ਜਿਹੜੀ ਰੈਸਪੀ ਹੈ ਇਹਨੂੰ ਇੱਧਰ ਸਾਡੇ ਮੀਰੀ ਕਿਹਾ ਜਾਂਦਾ ਹੈ। ਉੱਪਰੋਂ ਦੀ ਅਸੀਂ ਇਹਦੇ ਉੱਪਰ ਪਾ ਦੇਵਾਂਗੇ ਹਰਾ ਧਨੀਆ,
ਅਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ। ਇੱਕ ਵਾਰੀ ਤੁਸੀਂ ਇਹ ਰੈਸਪੀ ਟਰਾਈ ਕਰਕੇ ਵੀ ਦੇਖਿਓ, ਮੈਂ ਪੱਕਾ ਤੁਹਾਨੂੰ ਕਹਿੰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਏਗੀ। ਵੀਡੀਓ ਚੰਗੀ ਲੱਗੀ ਤਾਂ ਵੀਡੀਓ 'ਤੇ ਕਮੈਂਟ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ।